ਦੱਸਣ ਜਾ ਰਹੇ ਹਾਂ ਜੀ ਵਿਆਹ ਸ਼ਾਦੀਆਂ ਲਈ ਸ਼ੋਪਿੰਗ ਕਿੱਥੋਂ ਕੀਤੀ ਜਾਵੇ, ਵੀ ਥੋਕ ਦਾ ਸਮਾਨ ਆਪਾਂ ਕਿੱਥੋਂ ਲੈ ਸਕਦੇ ਹਾਂ। ਨਿਊਜ਼ੀਲੈਂਡ 'ਚ ਵੀ ਕੁਛ ਇੱਦਾਂ ਦੇ ਸਟੋਰ ਹੈਗੇ ਆ ਵੀ ਆਪਾਂ ਜਿੱਥੋਂ ਵਿਆਹਾਂ ਸ਼ਾਦੀਆਂ ਲਈ ਸ਼ੋਪਿੰਗ ਕਰ ਸਕਦੇ ਹਾਂ ਬਲਕ ਦੇ ਵਿੱਚ, ਅਤੇ ਉਹਨਾਂ ਵਿੱਚੋਂ ਇੱਕ ਦਾ ਨਾਮ ਹੈ ਜੀ ਪੈਕ ਐਂਡ ਸੇਵ। ਤੁਹਾਨੂੰ ਦਿਖਾਉਣ ਲੱਗੇ ਅੰਦਰੋਂ ਦੀ ਕਿੱਦਾਂ ਦਾ ਮਾਹੌਲ। ਹੈਲੋ, ਸਤਿ ਸ਼੍ਰੀ ਅਕਾਲ, ਰਾਮ ਰਾਮ, ਜੈ ਮਾਤਾ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ, ਹੋਪ ਸਾਰੇ ਵਧੀਆ ਹੋਣੇ ਜੀ। ਮੇਰਾ ਨਾਮ ਸਾਹਿਲ ਹੈ ਜੀ ਅਤੇ ਮੈਂ ਨਿਊਜ਼ੀਲੈਂਡ ਤੋਂ। ਇੱਥੇ ਚੱਲ ਰਹੀ ਹੈ ਜੀ ਕ੍ਰਿਸਮਿਸ ਦੇ ਕਰਕੇ ਬੜਾ ਵਧੀਆ ਚੀਪ ਸਮਾਨ ਚੱਲ ਰਿਹਾ, ਹਾਲ ਤਾਂ ਜਿਹੜੀ ਬਲੈਕ ਫਰਾਈਡੇ ਸੇਲ ਵੀ ਚੱਲ ਰਹੀ ਹੈ, ਅਤੇ ਅੱਜ ਮੈਂ ਆਇਆ ਜੀ ਪੈਕ ਐਂਡ ਸੇਵ ਸ਼ੋਪਿੰਗ ਕਰਨ ਲਈ। ਪੈਕ ਐਂਡ ਸੇਵ ਜਿਹੜਾ ਕਿ ਕੰਪੀਟੀਟਰ ਹੈ ਨਿਊ ਵਰਲਡ ਦਾ ਅਤੇ ਕਾਊਂਟਡਾਊਨ ਦਾ, ਉਸ ਤੋਂ ਇਲਾਵਾ ਇਹ ਸਭ ਤੋਂ ਜਿਹੜਾ ਸਸਤਾ, ਬਿਲਕੁਲ ਸਭ ਤੋਂ ਜਿਹੜਾ ਚੀਪ ਕਹਿ ਸਕਦੇ ਆਪਾਂ ਗਰੋਸਰੀ ਲੈਣੀ ਹੋਵੇ ਤਾਂ, ਇਹ ਸਭ ਤੋਂ ਜ਼ਿਆਦਾ ਚੀਪ ਸਟੋਰ ਹੈ। ਮੈਂ ਪਹਿਲਾਂ ਵੀ ਕਈ ਸਟੋਰ ਦਿਖਾਏ ਆ ਕਾਊਂਟਡਾਊਨ ਅਤੇ ਨਿਊ ਵਰਲਡ, ਪਰ ਇਹ ਉਸ ਤੋਂ ਵੀ ਜ਼ਿਆਦਾ ਸਸਤਾ ਸਟੋਰ ਹੈ ਸਮਾਨ ਲੈਣ ਲਈ, ਗਰੋਸਰੀ ਲੈਣ ਲਈ ਘਰ ਦੀ। ਤੁਹਾਨੂੰ ਇੱਥੇ ਸਾਰਾ ਸਮਾਨ ਘਰ ਦਾ ਮਿਲੇਗਾ, ਏ ਟੂ ਜੈਡ, ਜਿਹੜਾ ਤੁਸੀਂ ਲੈਣਾ ਜਿਹੜਾ ਵੀ ਲੈਣਾ। ਆਪਾਂ ਚਲੋ ਆਪਾਂ ਚੱਲਦੇ ਹਾਂ ਜੀ, ਕਿਉਂਕਿ ਕ੍ਰਿਸਮਿਸ ਕਰਕੇ ਬੜੀ ਸੋਹਣੀ ਸਜਾਵਟ ਹੋਈ ਪਈ ਹੈ ਇੱਥੇ ਕਿਸ ਪੈਕ ਐਂਡ ਸੇਵ ਦੇ ਵਿੱਚ। ਤੁਹਾਨੂੰ ਮੈਂ ਦਿਖਾਉਂਦਾ ਵੀ ਕਿੱਦਾਂ ਦੀ ਸਜਾਵਟ ਉਹਨੇ ਕੀਤੀ ਹੈ। ਆਹ ਦੇਖੋ ਜੀ, ਸਾਰੇ ਕ੍ਰਿਸਮਿਸ ਟ੍ਰੀ ਜਿਹੜੇ ਲਾਈਨ ਚ ਲਾ ਰੱਖੇ ਇਹਨਾਂ ਨੇ, ਬੜੇ ਸੋਹਣੇ ਕਿਉਂਕਿ ਸਜਾ ਰੱਖੇ, ਕਿਉਂਕਿ ਨਿਊਜ਼ੀਲੈਂਡ ਓਨ ਐਂਡ ਓਪਰੇਟਿਡ ਹੈ, ਅੰਡਰ ਆਉਂਦਾ ਫੂਡ ਸਟੱਫ ਦੇ। ਪੈਕ ਐਂਡ ਸੇਵ ਬਹੁਤ ਜ਼ਿਆਦਾ ਤੁਹਾਨੂੰ ਘੱਟ ਮਿਲਣਗੇ ਨਾ, ਇੰਨੇ ਜ਼ਿਆਦਾ ਹੈ ਨਹੀਂ ਪੈਕ ਐਂਡ ਸੇਵ। ਆਹ ਦੇਖੋ ਕ੍ਰਿਸਮਿਸ ਟ੍ਰੀ ਸਾਰੇ ਲੱਗੇ ਹੋਏ ਹਰ ਤਰ੍ਹਾਂ ਦੇ। ਆਪਾਂ ਦੂਜੇ ਪਾਸੇ ਐਂਟਰੀ ਕਰਦੇ ਹਾਂ, ਤਾਂ ਜਿਹੜੀ ਹੋਰ ਰੌਣਕ ਆਪਾਂ ਦਿਖਾ ਦਿੱਤੀ। ਇੱਥੇ ਕ੍ਰਿਸਮਸ ਹੀ ਮੇਨ ਹੈ, ਤਾਂ ਕਰਕੇ ਲੋਕ ਜਿਹੜੇ ਕ੍ਰਿਸਮਿਸ ਦੀ ਤਾਜ਼ਾ ਇੱਥੇ ਕਰਦੇ ਆ, ਰੌਣਕ ਮੇਲਾ ਜਿਹੜਾ ਜ਼ਿਆਦਾ, ਤਾਂ ਕਰਕੇ ਇੱਥੇ ਜ਼ਿਆਦਾ ਕ੍ਰਿਸਮਿਸ ਦਾ ਨਾ। ਬੜਾ ਹੀ ਸੋਹਣਾ ਨਜ਼ਾਰਾ ਕ੍ਰਿਸਮਿਸ ਦਾ, ਬੜਾ ਹੀ ਸੋਹਣਾ ਇਹਨੇ ਸਟੋਰ ਜਿਹੜਾ ਸਜਾ ਰੱਖਿਆ ਬਾਹਰੋਂ ਦੀ ਵੀ। ਆਹ ਦੇਖੋ, ਸਾਰੇ ਜਿਹਨੂੰ ਜਿਹੜੇ ਕ੍ਰਿਸਚਨ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੋਏਗਾ ਕੀ ਹੈ ਇਸਦੇ ਬਾਰੇ, ਮੈਨੂੰ ਇੰਨੀ ਨੌਲੇਜ ਹੈ ਨਹੀਂ ਗੀ। ਅਤੇ ਆ ਜੀ ਆਪਾਂ ਪੈਕ ਐਂਡ ਸੇਵ ਦੇ ਸੈਂਟਰ ਹੋ ਚੱਲੇ ਹਾਂ। ਇੱਥੇ ਕੀ ਤੁਹਾਨੂੰ ਸਾਡਾ ਸਾਰਾ ਸਮਾਨ ਹੈ ਬਲਕ ਦੇ ਵਿੱਚ ਮਿਲੇਗਾ, ਬਲਕ ਮਿਲ ਕੇ ਬਹੁਤ ਜ਼ਿਆਦਾ ਕੁਆਂਟਿਟੀ ਦੇ ਵਿੱਚ ਤੁਸੀਂ ਲੈ ਸਕਦੇ ਹੋ ਤੁਸੀਂ ਸਮਾਨ। ਲੋਕ ਇੱਥੇ ਆ ਦੇਖੋ ਜੀ, ਸਸਤਾ ਵੀ ਮਿਲਦਾ ਨਾਲੇ ਬਲਕ ਕੁਆਂਟਿਟੀ ਦੇ ਵਿੱਚ ਵੀ ਮਿਲਦਾ ਇੱਥੇ ਸਮਾਨ। ਆਪਾਂ ਲੈਣੀ ਇੱਕ ਕਿਉਂਬਰ, ਇਹ ਕਿੰਨੇ ਲੱਗੀ ਹੋਈ ਹੈ। ਇੱਥੇ ਕੀ ਹੈ ਬੇਸਿਕਲੀ ਜਿਹੜੇ ਸਾਰੇ ਨਾ ਇੰਡੀਅਨ ਗ੍ਰੋਸਰੀ ਸਟੋਰ ਹੋ ਗਏ ਨਿੱਕੇ ਮੋਟੇ, ਉਹ ਵੀ ਇੱਥੋਂ ਇੱਕ ਵਾਰ ਸ਼ੋਪਿੰਗ ਕਰਕੇ ਜਾਂਦੇ ਆ ਸਮਾਨ ਲੈ ਕੇ, ਉਹ ਫਿਰ ਆਪਣੇ ਦੁਕਾਨਾਂ ਲਿਜਾ ਲਿਜਾ ਕੇ ਵੇਚਦੇ ਆ, ਕਿਉਂਕਿ ਪੈਕ ਐਂਡ ਸੇਵ ਬਹੁਤ ਜ਼ਿਆਦਾ ਚੀਪ ਹੈ ਸਸਤਾ ਨਾਲੇ। ਆਹ ਦੇਖੋ ਜੀ ਰਾਈਸ ਲੱਗੇ ਹੋਏ ਆ 5, ਇਹ ਰੈਡੀ ਟੂ ਈਟ ਰਾਈਸ ਹੈ, ਇਹਨੂੰ ਮਾਈਕਰੋਵੇਵ ਪਾ ਕੇ 90 ਸੈਕਿੰਡ ਲਿਖਿਆ, 90 ਸੈਕਿੰਡ ਵੀ ਬਣਾ ਕੇ ਖਾ ਸਕਦੇ ਉਹਨੂੰ ਮਾਈਕਰੋਵੇਵ ਪਾ ਕੇ। ਤੁਹਾਨੂੰ ਇੱਥੇ ਬੜੀ ਚੀਜ਼ਾਂ ਮਿਲਣੀਆਂ ਬੜੀਆਂ ਈਜ਼ੀਲੀ, ਇੱਥੇ ਖਾਣ ਪੀਣ ਦੀ ਕੋਈ ਕਮੀ ਹੈ ਨਹੀਂ ਕਿ ਤੁਸੀਂ ਇਸ ਲਈ ਕੁਛ ਵੀ ਖਾ ਪੀ ਸਕਦੇ ਹੋ, ਕਿਉਂਕਿ ਸਾਰਾ ਬੜਾ ਅਫੋਰਡੇਬਲ ਹੈ ਅਤੇ ਬੜਾ ਨਾਲੇ ਸਸਤਾ ਸਮਾਨ ਮਿਲਦਾ ਇੱਥੇ। ਸਟਾਰਟਿੰਗ ਜਿਹੜੀ ਹਰ ਸਟੋਰ ਦੀ ਉਹ ਸੇਮ ਹੀ ਹੈ, ਸਟਾਰਟਿੰਗ ਫੁੱਲਾਂ ਵਾਲੇ ਹੁੰਦੀ ਹੈ ਹਮੇਸ਼ਾ, ਨਾਲੇ ਸਾਰੇ ਫਰੈਸ਼ ਫਲਾਰਸ ਹੋਏ ਸਾਰੇ ਆਹ ਵਾਲੇ, ਸਾਰੇ ਫਰੈਸ਼ ਫਲਾਰ ਆਏ ਲਏ ਬਿਲਕੁਲ ਨਵੇਂ ਅਤੇ ਸੋਹਣੇ ਸੁਨੱਖੇ ਫਲਾਵਰ। ਜਿਹੜਾ ਕੋਨਸੈਪਟ ਆ ਉਹ ਸਾਰਿਆਂ ਦੀ ਇੱਕ ਵਾਰ ਗਈ ਹੈ, ਸਟਾਰਟਿੰਗ ਹਮੇਸ਼ਾ ਪਹਿਲਾਂ ਫਰੂਟ 'ਤੇ ਹੁੰਦੀ ਹੈ, ਹਰਬਾ ਫਰੂਟ ਤੋਂ। ਆਹ ਹੁੰਦਾ ਜੀ ਡਰੈਗਨ ਫਰੂਟ, ਜੇ ਕਿਸੇ ਨੇ ਨਹੀਂ ਵੇਖਿਆ ਤਾਂ 69 ਦਾ ਇੱਕ ਲੱਗਿਆ ਹੋਇਆ, 699 ਦਾ ਡਰੈਗਨ ਫਰੂਟ। ਆ ਜੀ ਬਲੂਬੈਰੀ ਲੱਗੀਆਂ ਹੋਈਆਂ, ਫਰੈਸ਼ ਬਲੂਬੈਰੀਆਂ 499 ਈਚ ਹੈ, ਨਾਲੇ ਅੱਜ ਕਿਹੜੇ ਬੰਦੇ ਜ਼ਿਆਦਾ ਲੇਜੀ ਹੈ, ਇਹਨਾਂ ਫਰੂਟ ਕੱਟ ਕੇ ਨਹੀਂ ਖਾ ਹੁੰਦਾ, ਇਹ ਨਾਲੇ ਫਰੂਟ ਸੈਲਡ ਲੱਗੇ ਹੋਏ ਆ ਵਾਲੇ ਕੱਟੇ ਹੋਏ, ਫਰੂਟ ਸੈਲਡ ਕੱਟ, ਫਰੂਟ ਸੈਲਡ ਕੱਟ, ਇਹ 499 ਦਾ। ਇਹ ਕੋਕੋਨਟ ਵਾਟਰ ਇੱਥੇ ਜ਼ਿਆਦਾ ਪੈਕ ਹੋ ਕੇ ਆਉਂਦਾ ਵਿਦ ਸਟਰੋ, 599 ਦਾ, ਥਾਈਲੈਂਡ ਦਾ, ਮੇਕ ਇਨ ਥਾਈਲੈਂਡ। ਟਮਾਟਰਾਂ ਦਾ ਪ੍ਰਾਈਸ ਫਾਈਨਲੀ ਡਾਊਨ ਹੋ ਗਿਆ, ਪਹਿਲਾਂ ਜਦੋਂ ਮੈਂ ਅੱਜ ਤੋਂ 3 ਕੁ ਮਹੀਨੇ ਪਹਿਲਾਂ ਦਾ ਪ੍ਰਾਈਸ ਸੀਗਾ ਨੀਅਰਲੀ $20 ਕਿਲੋ ਸੀਗੇ, ਅੱਜ ਟਮਾਟਰ ਹੁਣ ਜਾ ਕੇ 299 ਦੇ ਆਇਆ ਹੈ, ਕਿਉਂਕਿ ਟਮਾਟਰ ਦਾ ਸੀਜ਼ਨ ਹੁੰਦਾ ਇੱਥੇ, ਟਮਾਟਰ ਇੱਕ ਸੀਜ਼ਨ 'ਚ ਬਹੁਤ ਜ਼ਿਆਦਾ ਮਹਿੰਗੇ ਮਿਲਦੇ, ਕਈ ਸੀਜ਼ਨ 'ਚ ਬਹੁਤ ਸਸਤੇ ਹੋ ਜਾਂਦੇ ਆ, ਅਤੇ ਹੁਣ ਜਾ ਕੇ ਇਹਦਾ ਪ੍ਰਾਈਸ 299 'ਤੇ ਜਾ ਕੇ ਆਇਆ, ਅਤੇ ਤਾਂ ਕਰਕੇ ਮੈਂ ਜਿਹੜੇ 1 kg ਨੀਅਰਲੀ ਵਿਨ ਆਈ ਵਿਲ ਯੂਜ਼ ਇਨ ਸੈਲਡਸ ਐਸ ਵੈਲ, ਸੋ ਆਰ ਬਾਏ ਨੀਅਰਲੀ 1 to 2 kg। ਟਰਾਲੀ ਜਿਹੜੀ ਮੇਰੀ ਫੁੱਲ ਹੋ ਚੁੱਕੀ ਆਲਮੋਸਟ ਸਬਜ਼ੀਆਂ ਨਾਲ ਹੀ, ਕਿਉਂਕਿ ਸਬਜ਼ੀਆਂ ਬੜੀਆਂ ਜ਼ਰੂਰੀ ਹੈ, ਸਸਤੀਆਂ ਚੱਲਦੀਆਂ ਨਾਲੇ, ਗ੍ਰੀਨ ਫਰੈਸ਼ ਸਬਜ਼ੀਆਂ ਮੈਂ ਤਾਂ ਜ਼ਿਆਦਾ ਖਾ ਰਿਹਾ ਅੱਜ ਕੱਲ੍ਹ। ਐਪਲ ਦਾ ਪ੍ਰਾਈਸ ਚੱਲ ਰਿਹਾ 499, ਸਾਰੇ ਐਪਲ 499 ਦੇ ਹੋਏ ਪਏ ਆ। ਆਪਾਂ ਲੈ ਰਹੇ ਨੀ ਕੁਈਨਜ਼ ਐਪਲ 499 ਦੇ ਹੈ, ਅਰਾਊਂਡ 1 kg ਵੀ ਪੀਣਾ ਆਈ ਥਿੰਕ।
ਅੱਜ ਮੈਂ ਰੈਡ ਰੈਡੀ ਟੀ ਸ਼ਰਟ ਪਾਈਏ ਤਾਂ ਰਹੇ ਆਪਾਂ ਜਾ ਵਧੀਆ ਲੈ ਰਹੇ ਮੈਂ ਸੋਹਣੇ ਸੋਹਣੇ ਜੀ सजावट जी पूरी की हुई है क्रिसमस की गिफ्ट आ गए जिदा हर स्टोर च लगे हुए अजक उमें इतने भी गिफ्ट लगे हुए आ देखो चॉकलेट मिलते लोग गिफ्ट करते एक दूजे चॉकलेट बड़ा व्डा स्टोर है पैकेज सेव का सारा तरह नॉनवेज आ गया जिदा बाकिया से उ इतने भी नॉनवेज उदा ही लगे हुआ है हर स्टोर की तरह तुहानू जी चीज़ दिखाने जा रहा जी मेन है क्रिसमस से लोग जो अपने सारे जो गोरे अपने घर जो बनाते बनाते हैं उन्होंने कहते हैं जी क्रिसमस हैम तुम दिखाने जा रहे क्रिसमस हैम कि लगते हैं आ होंगे जी क्रिसमस हैम आ देखो लिखा हुआ जी इतने एक क्रिसमस हैम होंगे लोग अपने घर पार्टियां करते क्रिसमस हैम क्रिसमस वाले दिन लोग अपने घर जो क्रिसमस हैम जो बनाते बनाते हैं सारी फैमिली जो बह के जो मीट टेबल खाती है कहते क्रिसमस हैम ये बड़े फेमस है लोग पहले ऑर्डर कर देंगे तो न्यूजीलैंड का जो बटर वर्ल्ड से सब तो ज़्यादा फेमस है डेयरी जी न्यूजीलैंड की तो देखो कितना वधिया लगे बटर इतने प्राइस 500 ग्राम 429 का इतने सीधा पैलेट सीधा जो बॉक्स के बॉक्स जो बिकते हैं पैकेज के जान सीधे स्टेट में तरह ने सीधा बॉक्स पूरे पूरे फिट किए इतने देखो शेल्फा के सारे तरह इतने बड़े सौ बटर पे है सारे बटर कोई स्प्रेड वाला बटर है कि बटर है आई बटर बड़ा फेमस है लुईस रोड क्रीमरी आ देखो जी किन्ने तरह बटर इतने पे है सोल्टिड है अनसोल्टिड है चीज़ बड़े तरह का पे इतने तो आ मेरे पिछे जी नट सैक्शन तुम अपने जो नट्स अपने पैक कर सकते जो नट्स लैने नहीं लैने पर मैं दिखा लगा कि इतने नट्स पैक करते कि नहीं इतने तुम जो कोई नट्स पसंद आ गए जी मैं लै लगे पंपकिन सीड्स आ देखो पंपकिन सीड का नंबर है 613 68 आप करेंगे बैग के उपर अपना नंबर अपना टाइप कर लिया 613 68 आप जी उ चीज़ अपनी बैग में पा लेनी है जिन्हें तुम्हें लेने अपना वेट इतने खा सकते स्केलिंग से लगे हुआ तोलन आप थोड़े जिन्ना जो आप ला लें पंपकिन सीड्स इतने जी थोड़ी जी पसंद है जी चीज़ पसंद है मतलब कि नट्स लेने कुछ होर तुम्हें लेना इन्हें भी तुम्हें हमेशा अपना नंबर लिखना है जो अपने लिख के तुम अपने बैग में पा लेने थोड़ी देर क्या उसके स्केल भी कर सकते हो वेट भी कर सकते हो इस हिसाब से जो लै सकते नट्स इतों तुम अंदाजा ला सकते हो कि वाला स्टोर है जी आवला पैलेट के पैलेट जो उपर पे है भरे हुए देख रहे हो कि समान कि वाला स्टोर है ये पैक एंड सेव पैक करो तो माल आता सेव करो पैसे इसका मतलब ये होया इन शॉर्ट पैक एंड सेव का पैक एंड सेव जो स्टोर है तो सेम टू सेम कॉपी काउंटडाउन तो कहते न्यू वर्ल्ड की है बट इन जो मच जो वाला डिफरेंस वो ये है कि इन तुम्हें जी ग्रोसरी बहुत ज़्यादा सस्ती मिलेगी कि तुम जी ग्रोसरी मिलेगी मिलेगी बल्क के तुम कुछ भी व्डे तो व्डा जो समान अपने स्टोर जी मान लो निकी कोई ग्रोसरी स्टोर भी थोड़ा जी ओपन करना कई लोग उत्तर समान ले जा ले जाकर उत्तर ले जा ले जा बेचते रहते हैं ग्रोसरी स्टोर से निके अपने ग्रोसरी स्टोर से उत्तर समान बेचना है कि उन्होंने सीधे कमीशन जो बच जाता है पैसे बच्चों इस बच जाते हैं $4-6 हर चीज़ के जो इतने ब्रैड मिलती है $2 की तो जी नॉर्मल जी जाओगी ग्रोसरी स्टोर तुम्हें मिलेगी नीयरली $6 की $8 की मिलेगी उन्होंने ब्रैड यह चक्कर है निके मोटे स्टोरों के पैकेज के तो पैकेज पर यह भी है बहुत घट्ट इन्ने है नहीं पैकेज इन्होंने इंग्लैंड इन्हें बड़े घट्ट जो बना रखे मीडियम जे तुम हार्डली एक डाउन जो मैक्सीम मिनीम एक ही मिलेगा मिला भी तो वह तो भी नहीं मिलता कई बार तो यह भी चक्कर है तो मेन जिस दिन क्रिसमस तो होएगा ना उन एक दिन पहला क्योंकि जो क्रिसमस तो होएगा स्टोर बंद पैकेज से न्यू वर्ल्ड सारे जो स्टोर बंद होने हैं तो मेन जो क्रिसमस का डे होएगा उस दिन बड़ा ज़्यादा रश होएगा तुम लाइना मिलेंगी बहुत व्डिया व्डिया तुम्हें नीयरली एक दो घंटे तुम लाइन ही लग जाएंगे जो थोड़ा स्पैशली चौबीस जो चौबीस तरीक आओगे तो चौबीस जो तुम 23 आओगे तो तुम जो लाइन के कटोरे एक घंटा लग जाएगा लाइन के करके जो बंदे नवे आए उन्होंने जब नहीं पता तो क्रिसमस तो एक दिन पहले शॉपिंग करना आ जाए तो वधिया गल है तुम अपना टाइम बचा लियो तुम लाइन के ना लगे हो क्योंकि जो क्रिसमस दिन जो मेन डे उस दिन तुम कुछ भी जो ओपन नहीं मिलेगा न्यूजीलैंड सारे लोग अपने घर रह के पार्टियां करते हैं समान इतों लै जाते एक दिन पहला 23-24 तरीक न ता जो अपना किस्मत जो फैमिली इंजॉय कर सकें तो हाँ मेरी टाली इतने तक पहुँच गई समान लेंदे लेंदे सारा समान ले लिया मैं घर का ऑलमोस्ट जो मैं खाना होना मोस्टली न्यूजीलैंड कई बार तो पैकेज लभने पेंदे है बिकॉज मैं आज जो मैं सिटी रहा ना अपने ओकलैंड सिटी में उत्थे कोई पैकेज है नहीं सगा मैं आन के कटोरी 3-4 साल बाद पता लगे भी पैकेज ना पैकेज ना कोई चीज़ भी होंगी है
ਮੈਨੂੰ ਮੇਰੇ ਇੱਕ ਦੋਸਤ ਲੈ ਗਿਆ ਅੱਜ ਮੈਨੂੰ ਯਾਦ 2015 ਦੇ ਵਿੱਚ ਪੈਕਿੰਗ ਸੇਵ ਦੇ ਸਟੋਰ ਦੇ ਵਿੱਚ ਤਾਂ ਮੈਨੂੰ ਪਤਾ ਲੱਗਾ ਵੀ ਪੈਕਿੰਗ ਸੇਵਾ ਕੋਈ ਚੀਜ਼ ਹੁੰਦੀ ਹੈ ਅਤੇ ਮੈਂ ਜੋ ਵੇਖਿਆ ਪਹਿਲੀ ਵਾਰ ਮੈਂ ਕਿਹਾ ਵੀ ਇੰਨਾ ਵੱਡਾ ਸਟੋਰ ਅਤੇ ਇੱਥੇ ਸਾਰਾ ਸਮਾਨ ਕਿ ਮੈਂ ਕੰਮ ਕਰਦੇ ਨਿਊ ਵਰਲਡ ਦੇ ਵਿੱਚ ਨਿਊ ਵਰਲਡ ਦਾ ਟੋਟਲੀ ਜਿਹੜਾ ਡਿਫਰੈਂਟ ਸਿਨੈਰੀਓ ਸੀਗਾ ਉੱਥੇ ਜਿਹੜਾ ਸੈਲਫ ਐਂਡ ਸਮਾਨ ਨਾ ਸੱਜਿਆ ਹੁੰਦਾ ਨਿੱਕੇ ਨਿੱਕੇ ਨਾ ਇੱਕ ਇੱਕ ਦੋ ਜਿਹੜੇ ਯੂਨਿਟਸ ਹੁੰਦੀ ਜਿਹੜੀਆਂ ਇੱਥੇ ਤੁਹਾਨੂੰ ਜਿਹੜਾ ਸਮਾਨ ਬਲਕ 'ਚ ਮਿਲਦਾ ਅਤੇ ਮੈਂ ਜੋ ਆਇਆ ਮੈਨੂੰ ਬੜਾ ਵਧੀਆ ਲੱਗਿਆ ਅਤੇ ਉਸ ਤੋਂ ਬਾਅਦ ਮੈਂ ਟਰਾਈ ਕਰਦਾ ਕਿ ਮੈਂ ਪੈਕਿੰਗ ਸੇਵ ਸ਼ੋਪਿੰਗ ਕਰਾਂ ਪਹਿਲਾਂ ਲੱਭਾਂ ਜਿਹੜਾ ਸਟੋਰ ਆਸ ਪਾਸ ਜਿਹੜਾ ਨੇੜੇ ਹੁੰਦਾ ਮੇਰੇ ਘਰ ਦੇ ਤਾਂ ਅਦਰਵਾਈਜ਼ ਤਾਂ ਕਈ ਵਾਰ ਦੂਰ ਹੀ ਪੈਂਦਾ ਮੇਰੇ ਘਰ ਤੋਂ ਨਹੀਂ ਹਲੇ ਹਾਲੇ ਵੀ ਮਤਲਬ ਕਿ 20-25 ਮਿੰਟ ਦੀ ਡਰਾਈਵ ਤਾਂ ਹੈਗੀ ਆ ਕਾਊਂਟਰ ਦੀ ਡਰਾਈਵ ਮੇਰੇ ਘਰ ਤੋਂ ਸਿਰਫ 5 ਕੁ ਮਿੰਟ ਹੈ ਅਤੇ ਮੈਂ ਜਿਹੜੇ ਛੋਟਾ ਮੋਟਾ ਸਮਾਨ ਲੈਣਾ ਮੈਂ ਕਾਊਂਟਰ ਜਾਂਦਾ ਜੇ ਵੱਡਾ ਮੈਂ ਬਲਕ 'ਚ ਸਮਾਨ ਲੈਣਾ ਹੋਵੇ ਤਾਂ ਮੈਂ ਪ੍ਰੈਫਰ ਕਰਦਾ ਕਿ ਮੈਂ ਜਿਹੜਾ ਪੈਕਿੰਗ ਸੇਵ ਹੀ ਆਵਾਂ ਆ ਗਈ ਜੀ ਪੀਨਟ ਬਟਰ ਦੀ ਸ਼ੈਲਫ ਅਤੇ ਮੈਂ ਜਿਹੜਾ ਪੀਨਟ ਬਟਰ ਵਾਲਾ ਖਾ ਰਿਹਾ ਅੱਜ ਕੱਲ੍ਹ ਪੀਨਟ ਬਟਰ ਬੜਾ ਹੈਲਦੀ ਹੁੰਦਾ ਕਿ ਕਹਿੰਦੇ ਜਿਹੜਾ ਪ੍ਰੋਟੀਨ ਤੁਸੀਂ ਆਪਣਾ ਪੂਰਾ ਕਰ ਸਕਦੇ ਹੋ ਆਹ ਦੇਖੋ ਲਿਖਿਆ ਇੱਥੇ ਪ੍ਰੋਟੀਨ 6 ਗ੍ਰਾਮ ਪਰ ਸਰਵ ਅਤੇ ਵੈਰੀ ਗੁੱਡ ਤੁਸੀਂ ਆਪਣੇ ਜਿਹੜੇ ਬ੍ਰੇਕਫਾਸਟ ਵਿੱਚ ਐਡ ਕਰ ਸਕਦੇ ਹੋ ਨਾਲ ਨਾਲ ਕਿ ਮੈਂ ਜਿਹੜਾ ਪੀਨਟ ਬਟਰ ਹਮੇਸ਼ਾ ਪ੍ਰੈਫਰ ਕਰਦਾ ਖਾਣਾ ਇਟਸ ਰੀਅਲੀ ਗੁੱਡ ਅਤੇ ਇੱਦਾਂ ਦੇ ਸਟੋਰਾਂ ਦੇ ਵਿੱਚ ਨਾ ਕੰਮ ਕਰਨਾ ਬੜਾ ਨਜ਼ਾਰਾ ਆਉਂਦਾ ਤੁਸੀਂ ਆਪਣਾ ਜਿਹੜਾ ਸਮਾਨ ਫੀਲ ਕਰੋ ਅਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਫ੍ਰੀ ਹੋ ਜਾਂਦੇ ਹੋ ਕੰਮ ਕਰਨਾ ਬੜਾ ਈਜ਼ੀ ਹੈ ਸਟੋਰਾਂ ਦੇ ਤੁਸੀਂ ਇੱਥੇ ਆ ਕੇ ਜੋਬ ਅਪਲਾਈ ਕਰੋ ਜੇ ਤੁਹਾਨੂੰ ਜੋਬ ਨਹੀਂ ਮਿਲਦੀ ਤਾਂ ਜਿਹੜਾ ਮੈਂ ਹਰ ਲਾਈਨ 'ਚ ਹਮੇਸ਼ਾ ਗੱਲ ਕਹਿੰਦਾ ਹੁੰਦਾ ਆਪਣੇ ਜਿਹੜੇ ਵਲੋਗ ਦੇ ਵਿੱਚ ਪਹਿਲੀ ਲਾਈਨ ਜਿਹੜੀ ਆਪਣੀ ਜਿਹੜੀ ਹੁੰਦੀ ਹੈ ਕਿ ਲੋਕਾਂ ਦੀ ਹੈਲਪ ਹੋ ਸਕੇ ਜ਼ਿਆਦਾ ਅਤੇ ਤੁਸੀਂ ਇੱਥੇ ਜਾ ਕੇ ਤੁਸੀਂ ਜੋਬ ਵੀ ਅਪਲਾਈ ਕਰ ਸਕਦੇ ਹੋ ਔਨਲਾਈਨ ਅਤੇ ਮੈਂ ਆਪਣੀ ਜਿਹੜੀ ਪਿਛਲੀ ਵੀਡੀਓ ਵਿੱਚ ਔਲਰੇਡੀ ਮੈਨਸ਼ਨ ਕੀਤਾ ਸੀ ਵੀ ਆਪਾਂ ਕਿਹੜਾ ਮਿਲਕ ਲੈਣਾ ਕਿਹੜਾ ਨਹੀਂ ਆਪਾਂ ਇਸ ਵਾਰ ਮਿਲਕ ਨਹੀਂ ਦੱਸ ਰਹੇ ਆਪਾਂ ਇਸ ਵਾਰ ਦੱਸ ਰਹੇ ਵੀ ਕਿੱਥੋਂ ਦੀ ਤੁਸੀਂ ਗ੍ਰੋਸਰੀ ਲੈਣੀ ਹੈ ਅਤੇ ਸਸਤੀ ਗ੍ਰੋਸਰੀ ਲੈਣੀ ਹੈ ਅਤੇ ਬਲਕ ਦੇ ਵਿੱਚ ਗ੍ਰੋਸਰੀ ਲੈਣੀ ਹੈ ਤਾਂ ਕਰਕੇ ਤੁਸੀਂ ਫੋਲੋ ਗੋ ਐਂਡ ਵਾਚ ਮੈਂ ਓਲਡ ਵੀਡੀਓ ਕਿਉਂ ਨਾ ਹੈਵ ਅ ਲੁੱਕ ਕਿ ਆਪਾਂ ਕਿਹੜਾ ਮਿਲਕ ਲੈਣਾ ਕਿਹੜਾ ਨਿਊਜ਼ੀਲੈਂਡ ਦੇ ਵਿੱਚ ਵੀ ਇੱਥੇ ਜਿਹੜੇ ਬੰਦੇ ਨੂੰ ਮਿਲਕ ਬੜੇ ਕਨਫਿਊਜ਼ ਕਰਦੇ ਆ ਪਰ ਜਿਹੜਾ ਪੈਕਿੰਗ ਤੁਹਾਨੂੰ ਇੱਥੇ ਜ਼ਿਆਦਾ ਕਨਫਿਊਜ਼ਨ ਹੋਣੀ ਨਹੀਂ ਕਿ ਇੱਥੇ ਸਾਰਾ ਸਮਾਨ ਜਿਹੜਾ ਬਲਕ ਦੇ ਵਿੱਚ ਹੀ ਪਿਆ ਹੋਇਆ ਤਾਂ ਕਰਕੇ ਆਪਣਾ ਸਮਾਨ ਜੇ ਆਪਾਂ ਰੱਖ ਦਿੰਦੇ ਉੱਪਰ ਆਪਾਂ ਦੇਖਦੇ ਆਪਣਾ ਸਮਾਨ ਕਿੰਨੇ ਦਾ ਬੰਦਾ ਕਿੰਨੇ ਦਾ ਨਹੀਂ ਬੰਦਾ ਬਿੱਲ ਆਪਣਾ ਮੇਰੇ ਹਿਸਾਬ ਨਾਲ ਨੀਅਰਲੀ 180-150 ਦੇ ਅਰਾਊਂਡ ਹੋਏਗਾ ਮੇਰਾ ਬਿੱਲ ਅੱਜ ਦਾ ਕਿਉਂਕਿ ਸਮਾਨ ਬਹੁਤ ਜ਼ਿਆਦਾ ਮੇਰੇ ਕੋਲ ਤਾਂ ਕਰਕੇ ਅਤੇ ਆਪਣਾ ਜਿਹੜਾ ਬਿੱਲ ਬਣਿਆ ਜੀ ਉਹ ਬਣਿਆ $111.14 ਜਿਹੜਾ ਸਾਰੇ ਸਮਾਨ ਦੀ ਲਿਸਟ ਹੈ ਇੱਥੇ ਬਿਲਕੁਲ ਜੈਨੂਅਨ ਸਟੋਰ ਹੈ ਅਤੇ ਇੱਥੇ ਤੁਸੀਂ ਆਓ ਸ਼ੋਪਿੰਗ ਜਿਹੜੀ ਆਪਣੇ ਉੱਤੇ ਕਰੋ ਥੈਂਕ ਯੂ ਪੈਕਿੰਗ ਸੇਵ ਸਾਡਾ ਬਾਹਰ ਕੋਲੇ ਵੀ ਪਏ ਆ ਕ੍ਰਿਸਮਿਸ ਲਈ ਬਾਰ ਵੀ ਕਰਨ ਲਈ ਟਰੇਆਂ ਵੀ ਪਈਆਂ ਹੈਮ ਨੂੰ ਬਣਾਉਣ ਲਈ ਦੇਖੋ ਪਹਿਲਾਂ ਇਹਨਾਂ ਨੇ ਜ਼ਿਆਦਾ ਸਾਰਾ ਸਮਾਨ ਬਾਹਰ ਹੀ ਪਿਆ ਆਹ ਦੇਖ ਲਓ ਕਿੰਨੀ ਵੱਡੀ ਪਾਰਕਿੰਗ ਇਹਨਾਂ ਦੀ ਤੁਹਾਨੂੰ ਇੱਥੇ ਪੂਰੀ ਪਾਰਕਿੰਗ ਸਪੇਸ ਮਿਲੇਗੀ ਅਤੇ ਬਾਅਦ 'ਚ ਆਪਣੀ ਜਿਹੜੀ ਟਰੋਲੀ ਇੱਥੇ ਲੈ ਕੇ ਜਿਹੜੀ ਆਪਣੀ ਪਾਰਕ ਕਰ ਸਕਦੇ ਹੋ ਆਫਟਰ ਯੂ ਫਿਨਿਸ਼ ਯੂਰ ਸ਼ੋਪਿੰਗ ਬੜੇ ਤਕੜਾ ਸਟੋਰ ਹੈ ਪੈਕਿੰਗ ਸੇਵ ਦਾ ਟਰੋਲੀ ਜਿਹੜੀ ਮੈਂ ਵਾਪਸ ਲਾਤੀ ਆਪਣਾ ਸਮਾਨ ਗੱਡੀ ਐਮਟੀ ਕਰਕੇ ਅਤੇ ਬੜਾ ਵਧੀਆ ਰਿਹਾ ਅੱਜ ਦਾ ਦਿਨ ਅਤੇ ਹੋਪ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਣੀ ਮੇਰੀ ਵੀਡੀਓ ਆਪਾਂ ਮਿਲਦੇ ਹਾਂ ਜੀ ਕੁਛ ਹੋਰ ਜ਼ਿੰਦਗੀ ਨਾਲ ਪਲਾਂ ਦੇ ਨਾਲ ਗਾਇਸ ਫੋਰ ਦ ਟਾਈਮ ਟੇਕ ਕੇਅਰ ਗੋਡ ਬਲੈਸ ਯੂ ਹੈਵ ਗੁੱਡ ਵਨ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਮਾਈ ਚੈਨਲ ਸੀ ਯੂ ਇਨ ਦ ਨੈਕਸਟ ਵਲੌਗ